ਰੋਟੀ ਬਣ ਗਈ? ਲਿਆ ਫਿਰ ਖਾਈਏ, ਭੁੱਖ ਬਹੁਤ ਲੱਗੀ ਆ। ਜਾਇਆ ਹੀ ਫਿਰ, ਤੇ ਐਂ ਕਾਹਤੋਂ ਦੱਸ ਕੇ ਗਈ ਵੀ ਮੈਂ ਉੱਥੇ ਚੱਲੀ ਆ, ਐਵੇਂ ਬਹਾਨਾ ਬਿਮਾਰੀ ਦਾ। ਹੈਂ, ਸੱਚ ਦੱਸੀਦਾ ਹੁੰਦਾ, ਝੂਠ ਨਹੀਂ ਮਾਰੀਦਾ। ਤੇ ਜੇ ਦੱਸ ਵੀ ਦਿੰਦੀ ਅਸੀਂ ਕਿਹੜਾ ਤੈਨੂੰ ਕਹਿਣਾ ਸੀ ਨਾ ਜਾ। ਨਹੀਂ ਬਾਲਿਆ ਤਾਂ ਨਹੀਂ ਦੀਜੀਗਾ। ਫਿਰ ਤੇਰੇ ਘਰ ਵਾਲਾ ਦਿੰਦਾ ਸੀ ਪਤਾ? ਹੈਂ, ਤੇਰੇ ਘਰ ਵਾਲੇ ਨੂੰ? ਤੇਰਾ ਤਾਂ ਫੋਨ ਲੱਗਦਾ ਨੀ, ਤੇਰਾ ਤਾਂ ਮੈਂ ਜੇ ਪਹਿਲਾਂ ਤੈਨੂੰ ਫੋਨ ਕਰਿਆ, ਜੇ ਤੇਰਾ ਨਾ ਲੱਗਿਆ ਫਿਰ ਮੈਂ ਤੇਰੇ ਹਸਬੈਂਡ ਨੂੰ ਕਰਿਆ। ਉਹ ਕਹਿੰਦਾ ਉਹ ਤਾਂ ਗਈ ਵੀ ਆ, ਉਹ ਕੋਈ ਨੀ ਬਿਮਾਰ ਬਿਮੂਰ ਹੈਗੀ। ਮੈਂ ਤਾਂ ਹੁਣ ਆਹੀ ਕਹਿਣਾ ਸੀਗਾ ਵੀ ਬਿਮਾਰ ਹੈ ਤੂੰ। ਮੈਂ ਕਿਹਾ ਸੰਦੀਪ ਠੀਕ ਹੈ, ਅੱਜ ਦਵਾਈ ਵੀ ਲੈ ਆਈ। ਉਹ ਕਹਿੰਦਾ ਉਹ ਕਿੱਥੇ ਬਿਮਾਰ ਹੈ, ਤਾਂ ਅੰਮ੍ਰਿਤਸਰ ਫਿਰਦੀ ਆ। ਆਉਂਦਾ ਤੀਜਾ ਦਿਨ ਹੋ ਗਿਆ, ਅੱਜ ਹਜੇ ਆਈ ਨੀ। ਮੈਨੂੰ ਤਾਂ ਉਹ ਕਹਿੰਦੀ ਮੈਂ ਬਿਮਾਰ ਹੈ। ਨਹੀਂ ਬੀਬੀ ਨੇ ਨੀ ਖਾਣੀ, ਪੁੱਛ ਲਿਆ ਮੈਂ। ਉਹ ਆਉਂਦੀ ਮੈਂ ਨਹੀਂ ਖਾਣੀ। ਐ ਲਾ ਜੀ, ਮੈਂ ਨਵੀਆਂ ਚੱਪਲਾਂ ਲਿਆਈ ਹੁੰਦੀ ਆ, ਪਹਿਲਾਂ ਨੀ ਪਲਾਜ਼ੋ ਪਾਇਆ। ਵਾਹ, ਕਾਰ ਕੱਢੀ ਅੰਮ੍ਰਿਤਸਰ ਜਾ ਕੇ ਆਈ ਹੈ ਨਾ, ਫਿਰ ਮੱਥਾ ਟੇਕ ਆਈ। ਰਹੀਆਂ ਕਿੱਥੇ ਦੋ ਰਾਤਾਂ? ਰਹੀਆਂ ਕਿੱਥੇ ਉੱਥੇ ਦੋ ਰਾਤਾਂ? ਨਹੀਂ ਅੰਮ੍ਰਿਤਸਰ ਰਹੀਆਂ ਕਿੱਥੇ ਫਿਰ? ਗੁਰਦੁਆਰੇ? ਹਾਂ ਪਏ ਤਾਂ ਜਾਂਦੇ ਆ। ਅਭੀ ਵੀ ਮੈਟ ਜਾ ਫੜਾਈ ਆ ਰੋਟੀ ਖਾਣ ਨੂੰ, ਉਹ ਪਿਆ। ਇੰਨੀ ਭੁੱਖ ਲੱਗੀ ਹੁੰਦੀ ਆ ਇਸ ਵੇਲੇ ਤਾਂ, ਬੱਸ ਹੀ ਪਈ ਹੁੰਦੀ ਆ। ਐਂ ਲੱਗਦਾ ਹੁੰਦਾ ਛੇਤੀ ਰੋਟੀ ਮਿਲ ਜੇ, ਚਟਨੀ ਬਣਾਈ ਬੈਠੀ ਆ। ਠੀਕ ਹੈ, ਇੰਨੀ ਵੀ ਘੱਟ ਨਹੀਂ। ਲਓ ਜੀ, ਆਪਾਂ ਸਬਜ਼ੀ ਬਣਾਈ ਹੈਗੀ ਅੱਜ ਨਿਊਟਰੀਜ਼ ਦੀ, ਗੋਲ ਗੋਲ ਬੜੀਆਂ ਨਹੀਂ ਹੁੰਦੀ ਜਿਹੜੀ, ਉਹਨਾਂ ਦੀ ਸਬਜ਼ੀ ਬਣਾਈ ਹੈ। ਤੇ ਚਟਨੀ ਬਣਾਈ ਆ ਸੰਦੀਪ ਨੇ, ਤੇ ਭੁੱਖ ਲੱਗੀ ਹੁੰਦੀ ਆ ਇਸ ਵੇਲੇ ਬਹੁਤ, ਤੇ ਕਿਉਂਕਿ 2:30 ਵੱਜ ਜਾਂਦੇ ਆ ਹਨਾ। ਤੇ ਹੁਣ ਮੈਂ ਖਾਂਦੀ ਹਾਂ ਰੋਟੀ, ਰੋਟੀ ਖਾ ਕੇ ਤੇ ਫਿਰ ਆਪਣਾ ਚੱਲ ਸੋ ਚੱਲ ਕੰਮ ਸ਼ੁਰੂ ਹੋ ਜਾਊਗਾ। ਠੀਕ ਹੈ, ਫਿਰ ਦੱਸਦੀ ਹਾਂ ਮੈਂ ਤੁਹਾਨੂੰ ਆਪਾਂ ਅੱਜ ਕਿਹੜੇ ਕਿਹੜੇ ਕੰਮ ਕਰਨੇ ਨੇ। ਕਾਫੀ ਸਾਰੇ ਕੰਮ ਕਰਨੇ ਆ ਅੱਜ ਫਿਰ, ਬਸ ਡੇਲੀ ਉਹੀ ਹੁੰਦੇ ਨੇ ਕੰਮ ਤਾਂ ਜੀ, ਉਹੀ ਕੰਮ ਹੁੰਦੇ ਨੇ ਡੇਲੀ ਮੇਰੇ। ਤੇ ਮੈਂ ਦੱਸਦੀ ਹਾਂ ਤੁਹਾਨੂੰ ਅੱਜ ਆਪਾਂ ਫਿਰ ਕੀ ਕੁਛ ਕਰਨਾ। ਇੱਕ ਆਪਾਂ ਨਵਾਂ ਕੰਮ ਵੀ ਕਰਨਾ ਅੱਜ, ਸਬਜ਼ੀ ਬਹੁਤ ਸਵਾਦ ਬਣੀ। ਭੁੱਖਿਆਂ ਨੂੰ ਤਾਂ ਵੈਸੇ ਵੀ, ਭੁੱਖਿਆਂ ਨੂੰ ਤਾਂ ਰੁੱਖੀਆਂ ਵੀ ਕੜਾਹ ਲੱਗਦੀਆਂ ਹੁੰਦੀਆਂ ਨੇ। ਰੋਟੀ ਖਾਣ ਦਾ ਵੈਸੇ ਸਵਾਦ ਉਹਦੀ ਹੁੰਦਾ ਜਦੋਂ ਭੁੱਖ ਲੱਗੀ ਹੋਵੇ, ਜੇ ਤੁਸੀਂ ਬਿਨਾਂ ਭੁੱਖ ਜੀ ਤੋਂ ਖਾ ਲਓ ਨਾ ਫਿਰ ਸਵਾਦ ਨਹੀਂ ਆਉਂਦਾ। ਇੱਕ ਆਪਣਾ ਹੁਣ ਸਿਸਟਮ ਥੋੜਾ ਜਿਹਾ ਹੋਰ ਬਣਾਇਆ ਹੋਇਆ, ਆਪਾਂ ਆਪਣੀ ਜੀਭ ਦੀ ਨਹੀਂ ਮੰਨਦੇ, ਹੁਣ ਪੇਟ ਦੀ ਮੰਨਦੇ ਆ।
ਕਿਉਂਕਿ ਜੀ ਜੀਭ ਕਦੇ ਵੀ ਸੈਟੀਸਫਾਈ ਨਹੀਂ ਹੁੰਦੀ। ਜੀਭ ਨੇ ਤਾਂ ਸਵਾਦ ਨਾਲ ਖਾਂਦੀ ਰਹਿਣਾ ਜਿੰਨਾ ਮਰਜ਼ੀ ਖਵਾਈ ਜਾਵੇ, ਪਰ ਪੇਟ ਆ ਜਿਹੜਾ ਫਿਰ ਉਹ ਬਹੁਤ ਔਖਾ ਹੁੰਦਾ। ਇਸ ਲਈ ਮੈਂ ਕਹਿੰਦੀ ਹੁੰਦੀ ਹਾਂ ਕਿ ਮੈਂ ਹੁਣ ਜੀਭ ਦੀ ਮੰਨਣੀ ਛੱਡਤੀ, ਪੇਟ ਦੀ ਮੰਨਣ ਤਾਂ ਫਿਰ ਮੈਂ ਸੌਖੀ ਰਹਿੰਦੀ ਹਾਂ। ਅੱਜ ਮੈਂ ਗੱਡੀ ਖੜਾਈ ਬਾਹਰ, ਕਿਉਂਕਿ ਰੋਟੀ ਖਾ ਕੇ ਮੈਂ ਤੇ ਬੀਬੀ ਨੇ ਫਿਰ ਮਾਰਕੀਟ ਜਾਣਾ, ਥੋੜਾ ਕੰਮ ਹੈ। ਦੁਪੱਟੇ ਵਗੈਰਾ ਦਿੱਤੇ ਹੋਏ ਨੇ ਡਾਈ ਕਰਨੇ, ਉਹ ਫੜ ਕੇ ਲੈ ਕੇ ਆਉਣੇ ਆ। ਅੱਜ ਮੈਂ ਪਾਰਸਲ ਨਹੀਂ ਕਰਾਉਂਦੀ ਕਿਉਂਕਿ ਅੱਜ ਮੈਂ ਹੋਰ ਵੀ ਕੰਮ ਕਰਨਾ ਘਰੇ ਆ ਕੇ। ਇੱਕ ਨਾ ਦੀਪ ਦੀ ਆਈਡੀ ਤੋਂ ਇੱਕ ਮੈਨੂੰ ਕਮੈਂਟ ਆਇਆ ਸੀਗਾ, ਉਹ ਕਹਿੰਦੇ ਵੀ ਤੁਸੀਂ ਦੋ ਵਲੌਗ ਚਲਾਉਣੇ ਹੋ ਤੇ ਜੌਬ ਵੀ ਕਰਦੇ ਹੋ, ਕੱਪੜਿਆਂ ਦਾ ਕੰਮ ਵੀ ਕਰਦੇ ਹੋ, ਇੰਨਾ ਤੁਸੀਂ ਕਿਵੇਂ ਮੈਨੇਜ ਕਰਦੇ ਹੋ? ਮੈਂ ਦੋ ਚੈਨਲ ਨਹੀਂ ਚਲਾ ਰਹੀ ਜੀ, ਮੈਂ ਤਿੰਨ ਚੈਨਲ ਚਲਾ ਰਹੀ ਹਾਂ। ਬੀਬੀ ਦਾ ਚੈਨਲ ਵੀ ਮੈਂ ਹੀ ਚਲਾ ਰਹੀ ਹਾਂ। ਬੀਬੀ ਤਾਂ ਸਿਰਫ ਬੋਲਦੀ ਹੋਈ ਆ, ਬੀਬੀ ਕੰਟੈਂਟ ਦਿੰਦੀ ਆ, ਅਦਰਵਾਈਜ਼ ਬਾਕੀ ਸਾਰਾ ਕੰਮ ਮੇਰਾ ਹੀ ਹੁੰਦਾ। ਤੇ ਬਸ ਮੈਂ ਤਾਂ ਇੱਕ ਗੱਲ ਮਾਇੰਡ 'ਚ ਰੱਖਦੀ ਹਾਂ ਕਿ ਜੇ ਇਨਸਾਨ ਕਰਨਾ ਚਾਹੇ ਤਾਂ ਕੁਛ ਵੀ ਕਰ ਸਕਦਾ। ਪਰਮਾਤਮਾ ਨੇ ਸਭ ਤੋਂ ਜਿਹੜਾ ਤਾਕਤਵਰ ਕੋਈ ਚੀਜ਼ ਬਣਾਈ ਹੈਗੀ ਹੈ ਇਸ ਧਰਤੀ 'ਤੇ, ਉਹ ਇਨਸਾਨ ਹੈ। ਅਤੇ ਇਨਸਾਨ ਬਹੁਤ ਸਟਰੋਂਗ ਹੈ, ਉਹ ਜਿੰਨਾ ਵੀ ਕੰਮ ਕਰਨਾ ਚਾਹੇ, ਜੋ ਵੀ ਕਰਨਾ ਚਾਹੇ ਉਹ ਕਰ ਸਕਦਾ। ਇਸ ਕਰਕੇ ਆਪਾਂ ਇਹ ਸੋਚ ਕੇ ਹੀ ਕੰਮ ਕਰਦੇ ਰਹੀਦਾ ਕਿ ਆਪਾਂ ਜੇ ਕਰਨਾ ਹੋਵੇ, ਜੇ ਇੱਛਾ ਹੋਵੇ ਕਰਨ ਦੀ, ਤਾਂ ਆਪਾਂ ਕੁਛ ਵੀ ਕਰ ਸਕਦੇ ਹਾਂ। ਸੋ ਮੇਰੀ ਇੱਛਾ ਹੈਗੀ ਕਰਨ ਦੀ, ਇਸ ਕਰਕੇ ਮੈਂ ਕਰਦੀ ਰਹਿੰਦੀ ਹਾਂ। ਲਓ ਜੀ, ਹੁਣ ਆਪਾਂ ਆ ਗਏ ਸਕੂਲੋਂ ਅਤੇ ਰੋਟੀ ਮੈਂ ਖਾ ਲਈ ਹੈ ਅਤੇ ਹੁਣ ਆਪਾਂ ਐਡੀਟਿੰਗ ਕਰਨੀ ਹੈ। ਟਾਈਮ ਹੋ ਗਿਆ 2:45 ਦਾ ਅਤੇ ਸ਼ਾਮ ਨੂੰ ਆਪਣੀ 5 ਵਜੇ ਵੀਡੀਓ ਪੈਂਦੀ ਹੈ ਫਸਟ ਚੋਇਸ ਚੈਨਲ 'ਤੇ, ਅਤੇ ਉਹਦੀ ਐਡੀਟਿੰਗ ਹੈ ਜਿਹੜੀ ਹੁਣ ਮੈਂ ਕਰੂੰਗੀ। ਐਡੀਟਿੰਗ ਕਰਨੀ ਆ, ਬੀਬੀ ਤੋਂ ਸੁਣ ਲਓ, ਬੀਬੀ ਕਹਿੰਦੀ ਹਜੇ ਬਾਜ਼ਾਰ ਜਾਣਾ। ਹੋਰ ਤੇ ਐਡੀਟਿੰਗ ਹੁਣ ਮੈਂ ਕਰੂੰਗੀ ਉਹਦੀ, ਐਡੀਟਿੰਗ ਕਰਕੇ ਤੇ ਫਿਰ ਯੂਟਿਊਬ ਤੇ ਅਪਲੋਡ ਕਰੂੰਗੀ। ਉਸ ਤੋਂ ਬਾਅਦ ਮੈਂ ਜਾਣਾ, ਮੈਂ ਤੇ ਬੀਬੀ ਨੇ ਬਾਜ਼ਾਰ ਜਾਣਾ। ਦੁਪੱਟੇ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਦੁਪੱਟੇ ਫੜ ਕੇ ਲਿਆਉਣੇ ਨੇ, ਤੇ ਉਹ ਲਿਆ ਕੇ ਫਿਰ ਜੋ ਵੀ ਇਹਦੇ ਮੈਂ ਟਾਈਟਲ ਥੰਬਨੇਲ ਹੈ ਨਾ, ਟੈਗ ਵਗੈਰਾ ਆ ਕੇ ਲਾਉਂਗੀ। ਫਿਰ ਆ ਕੇ ਚਾਹ ਪੀਊਂਗੀ, ਚਾਹ ਪੀ ਕੇ 5 ਵਜੇ ਆਪਣੀ ਇਹ ਵੀਡੀਓ ਪੈ ਜਾਂਦੀ ਹੈ, ਉਹਦੇ ਆਰਡਰ ਲਊਂਗੀ, ਨੋਟ ਕਰੂੰਗੀ। ਤੇ ਫਿਰ ਬੀਬੀ ਦਾ ਵਲੌਗ ਹੈ ਜਿਹੜਾ ਉਹ 7 ਵਜੇ ਪੈਣਾ, ਫਿਰ ਬੀਬੀ ਦੇ ਵਲੌਗ ਦੀ ਐਡੀਟਿੰਗ ਕਰੂੰਗੀ। ਤੇ ਨੈਕਸਟ ਡੇ ਜਿਹੜਾ 10 ਵਜੇ ਮੇਰਾ ਵਲੌਗ ਆਉਣਾ, ਉਹ ਮੈਂ ਵਲੌਗ ਬਣਾਉਂਗੀ ਕਿ ਬਣਾ ਹੀ ਰਹੀ ਹਾਂ, ਤੁਹਾਡੇ ਨਾਲ ਬੋਲ ਰਹੀ ਹਾਂ, ਬਣ ਹੀ ਰਿਹਾ। ਫਿਰ ਮੈਂ ਵਲੌਗ ਬਣਾਉਣੀ ਹੈ ਤੇ ਇਹਨੂੰ ਕੰਪਲੀਟ ਕਰਨਾ ਆਪਾਂ ਅੱਜ। ਇੱਕ ਮੈਂ ਤੁਹਾਨੂੰ ਕਿਹਾ ਸੀ ਅੱਜ ਇੱਕ ਆਪਾਂ ਹੋਰ ਕੰਮ ਕਰਨਾ, ਉਹ ਕੰਮ ਹੈਗਾ ਕਿ ਆਪਣੇ ਨਾ ਭੈਣ ਜੀ ਆਏ ਸੀਗੇ, ਪੰਮੀ ਭੈਣ ਜੀ ਹੈ ਨਾ, ਤੁਸੀਂ ਦੇਖੇ ਨੇ, ਰੱਖੜੀ ਬੰਨਣ ਆਏ ਸੀ, 2 ਦਿਨ ਲਾ ਗਏ ਸੀ ਆਪਣੇ ਕੋਲੇ। ਤੇ ਜਿਸ ਦਿਨ ਉਹ ਇੱਕ ਦਿਨ ਰਹੇ ਸੀਗੇ ਨਾ, ਤੇ ਦਿਨੇ ਬੈਠੇ ਬੈਠੇ ਮੈਂ ਕਿਹਾ ਵੀ ਆਪਾਂ ਨਾ ਉਹ ਬਣਾਉਣੇ ਆ, ਸੇਵੀਆਂ ਬਣਾਉਣੇ ਆ ਪਹਿਲਾਂ ਤਾਂ ਮੈਂ ਕਿਹਾ। ਫਿਰ ਮੈਂ ਕਿਹਾ ਭਾਏ ਕਰੀਏ ਆਪਾਂ ਪੂੜੇ ਬਣਾਉਣੇ ਆ, ਭੈਣ ਜੀ ਆਏ, ਖੀਰ ਪੂੜੇ ਬਣਾਉਣੇ ਆ। ਬੀਬੀ ਕਹਿੰਦੀ ਹਾਂ ਬਣਾ ਲਓ। ਫਿਰ ਬੀਬੀ ਕਹਿੰਦੀ ਗੁੜ ਨਹੀਂ ਹੈਗਾ, ਮੈਂ ਆਖਿਆ ਚੱਲ ਗੁੜ ਤਾਂ ਸਾਡੇ ਨਾ ਕਲੋਨੀ ਦੇ ਵਿੱਚ ਇੱਕ ਸ਼ੋਪ ਹੈਗੀ ਹੈ। ਮੈਂ ਸੰਦੀਪ ਨੂੰ ਕਿਹਾ ਜਾ ਭੱਜ ਕੇ ਉੱਥੇ ਗੁੜ ਫੜ ਲਿਆ। ਸੰਦੀਪ ਵਿਚਾਰੀ ਕਣਗਾਈਆਂ ਪੈਂਦੀਆਂ 'ਚ ਗਈ ਤੇ ਉਹ ਸ਼ੋਪ ਬੰਦ ਸੀਗੀ, ਤੇ ਉਸ ਦਿਨ ਸਾਡੇ ਤੋਂ ਪੂੜੇ ਬਣੇ ਨਹੀਂ ਹੈਗੇ। ਚਲੋ ਫਿਰ ਅਸੀਂ ਸੇਵੀਆਂ ਬਣਾ ਕੇ ਕੰਮ ਚਲਾ ਲਿਆ ਸੀਗਾ। ਤੇ ਹੁਣ ਨਾ ਕੱਲ੍ਹ ਬ੍ਰਦਰ ਆਇਆ ਸੀਗਾ ਤੇ ਉਹਦੇ ਲਈ ਆਪਾਂ ਖੀਰ ਪੂੜੇ ਬਣਾਤੇ ਸੀ, ਕਿਉਂਕਿ ਬੀਬੀ ਨੂੰ ਥੋੜ੍ਹੀ ਜਿਹੀ ਜ਼ਿਆਦਾ ਹੀ ਅੱਛੀ ਵਿੱਚ ਲੱਗੀ ਪਈ ਸੀਗੀ। ਮੇਰੇ ਪੋਤੇ ਪੋਤੀਆਂ
ਅਖੀਰ ਪੂੜਿਆਂ ਤੋਂ ਰਹਿ ਗਏ ਵੀ ਜੇ ਮੈਂ ਉੱਥੇ ਹੁੰਦੀ ਤਾਂ ਮੈਂ ਬਣਾ ਕੇ ਦਿੰਦੀ, ਤੇ ਚਲੋ ਆਇਆ ਸੀਗਾ, ਮੈਂ ਕਿਹਾ ਚੱਲ ਅੱਜ ਤੂੰ ਬਣਾ ਕੇ ਦੇ ਦੇ ਨਾ। ਫਿਰ ਸਾਨੂੰ ਐਂ ਸੀਗਾ ਵੀ ਭੈਣ ਜੀ ਰਹਿ ਗਏ ਸੀਗੇ, ਉਹਦੀ ਵੀ ਬੀਬੀ ਨੂੰ ਫਿਰ ਐਂ ਹੋਇਆ ਪਿਆ ਸੀਗਾ ਵੀ ਵੀ ਪੰਮੀ ਰਹਿ ਗਈ। ਹਾਂ ਫਿਰ ਅੱਜ ਅਸੀਂ ਮੈਂ ਤੇ ਬੀਬੀ ਨੇ ਮਾਰਕੀਟ ਜਾ ਕੇ ਆਉਣਾ ਆ ਕੇ ਚਾਹ ਪੀ ਕੇ, ਤੇ ਫਿਰ ਅਸੀਂ ਉਹਨਾਂ ਲਈ ਖੀਰ ਪੂੜੇ ਬਣਾਵਾਂਗੇ। ਖੀਰ ਤਾਂ ਨਹੀਂ ਬਣਾਉਂਦੇ ਕਿਉਂਕਿ ਦੁੱਧ ਤਾਂ ਉਹਨਾਂ ਦੇ ਘਰ ਦਾ, ਉਹਨਾਂ ਦੇ ਤਾਂ ਮੱਝਾਂ ਹੈਗੀਆਂ ਨੇ, ਹਨਾ। ਉਹਨਾਂ ਨੂੰ ਕਹਾਂਗੇ ਵੀ ਖੀਰ ਤੁਸੀਂ ਬਣਾ ਲਓ ਭਾਈ, ਤੇ ਪੂੜੇ ਮੈਂ ਬਣਾ ਕੇ ਦੇ ਦਿੰਦੀ ਹਾਂ, ਤੇ ਕੱਲ ਨੂੰ ਜਾਂਦੀ ਜਾਂਦੀ ਮੈਂ ਸਵੇਰੇ ਫੜਾ ਜੂੰਗੀ, ਕਿਉਂਕਿ ਪੂੜੇ ਇੱਕ ਇਹੋ ਜਿਹੀ ਚੀਜ਼ ਹੈ, ਗੁਲਗੁਲੇ ਤੇ ਪੂੜੇ ਜਿਹੜੇ ਠੰਡੇ ਹੀ ਸਵਾਦ ਲੱਗਦੇ ਆ। ਅੱਜ ਬਣਾ ਲਾਂਗੇ ਅਸੀਂ, ਤੇ ਕੱਲ ਨੂੰ ਮੈਂ ਜਾਂਦੀ ਹੋਈ ਸਵੇਰੇ ਪੰਮੀ ਭੈਣ ਜੀ ਨੂੰ ਜ਼ਰੂਰ ਦੇ ਕੇ ਜਾਊਂਗੀ, ਜੇ ਤਾਂ ਟਾਈਮ ਹੋਇਆ ਸਵੇਰੇ ਤਾਂ ਘਰੇ ਫੜਾ ਜੂੰਗੀ, ਨਹੀਂ ਫਿਰ ਉਹਨਾਂ ਨੂੰ ਕਹੂੰਗੀ ਵੀ ਉਹ ਰੋਡ ਤੋਂ ਹੀ ਫੜ ਕੇ ਲੈ ਜਾਣਗੇ, ਮੇਨ ਰੋਡ ਤੋਂ ਜਿੱਥੇ ਮੈਂ ਪੰਮੀ ਭੈਣ ਜੀ ਨੂੰ ਉਦੋਂ ਉਤਾਰਿਆ ਸੀਗਾ ਜਦੋਂ ਉਹ ਗਏ ਸੀਗੇ। ਸੋ ਇਹ ਵਾਲੇ ਕੰਮ ਹਜੇ ਆਪਾਂ ਕਰਨੇ ਨੇ, ਖਾਸੇ ਸਾਰੇ ਕੰਮ ਹੈ, ਫਿਰ ਬਸ ਜਮੇ ਹੀ ਐਂ ਥੱਕ ਟੁੱਟ ਜਾਈਦਾ ਤੇ ਫਿਰ ਪੈ ਜਾਈਦਾ, ਤੇ ਸਵੇਰੇ ਫਟਾਫਟ ਉੱਠ ਕੇ ਭੱਜੋ ਭੱਜ ਫੇਰ ਹੋ ਜਾਂਦੀ ਹੈ ਨਾ। ਹਾਂ ਕਣੀਆਂ ਆ ਜਾਣਗੀਆਂ ਕਿਉਂਕਿ ਮੀਂਹ ਸਾਡੇ ਰੋਜ਼ ਹੀ ਆਉਂਦਾ ਜੀ, ਡੇਲੀ ਸਾਡੇ ਬਾਰਿਸ਼ ਹੁੰਦੀ ਹੈ, ਤੇ ਬੱਦਲ ਹੋਏ ਹੋਏ ਨੇ, ਬਸ ਇੱਕ ਟਾਈਮ ਜਿਹਾ ਹੈਗਾ 4 ਤੋਂ 5 ਵਜੇ ਕਦੀ ਵਾਰ 3 ਵਜੇ, ਬਸ ਇਸ ਤਰ੍ਹਾਂ ਜੇ ਛੜਾਕਾ ਜਿਹਾ ਫਸ ਹੀ ਆ ਜਾਂਦਾ ਹੁੰਦਾ। ਤੇ ਕੱਲ ਇੱਕ ਭੈਣ ਦਾ ਵੀ ਮੈਨੂੰ ਫੋਨ ਵੀ ਆਇਆ ਸੀਗਾ, ਫੋਨ ਤੇ ਵਿਚਾਰੇ ਨਾਲ ਮੇਥੋਂ ਗੱਲ ਜ਼ਿਆਦਾ ਹੋਈ ਨਹੀਂ ਕਿਉਂਕਿ ਉਹਦੇ ਮੇਰਾ ਬ੍ਰਦਰ ਆ ਗਿਆ, ਬੈਲ ਵੱਜ ਗਈ ਬਾਹਰ, ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਬ੍ਰਦਰ ਆ ਗਿਆ ਮੈਂ ਫੇਰ ਕਰਦੀ ਹਾਂ, ਫਿਰ ਬਸ ਮੇਥੋਂ ਹੋਇਆ ਨਹੀਂ ਫੋਨ। ਉਹ ਬਟਾਲੇ ਤੋਂ ਨੇ ਜਸਵੀਰ ਭੈਣ, ਤੇ ਉਹ ਕਹਿੰਦੇ ਨਾ ਵੀ ਸਾਡੇ ਅੱਲਾਂ ਲੱਗੀਆਂ ਹੋਈਆਂ ਸੀਗੀਆਂ, ਤੇ ਹੋਰ ਕੀ ਕਿਹਾ ਸੀ ਉਹਨਾਂ ਨੇ, ਇੱਕ ਸਾਡੇ ਅੱਲਾਂ ਇੱਕ ਤੋਰੀਆਂ, ਤੇ ਕਹਿੰਦੇ ਮੈਂ ਨਾ ਤੋੜ ਤੋੜ ਕੇ ਇੰਨੀਆਂ ਫਰਿੱਜ ਚ ਰੱਖੀਆਂ, ਕਹਿੰਦੇ ਮੇਰਾ ਜੀ ਕਰੇ ਜਿਸ ਜਿਸ ਕਰਨ ਨੇੜੇ ਹੋਵੇ ਤਾਂ ਮੈਂ ਉਹਨੂੰ ਫੜਾ ਦਾ, ਮੇਰੇ ਤਾਂ ਜੀ ਕਹਿੰਦੇ ਮੈਂ ਤਾਂ ਬੱਸ ਵਾਲੇ ਨੂੰ ਵੀ ਫੜਾ ਦਾ, ਹਨਾ। ਇੰਨਾ ਜ਼ਿਆਦਾ ਪਿਆਰ ਭੈਣਾਂ ਦਾ ਮਿਲਦਾ, ਇੰਨਾ ਪਿਆਰ ਮਿਲਦਾ, ਬਹੁਤ ਵਧੀਆ ਲੱਗਦਾ ਜੇ ਤੁਸੀਂ ਇੰਨਾ ਪਿਆਰ ਦਿੰਦੇ ਹੋ, ਹਨਾ। ਤੇ ਲਓ ਜੀ ਹੋਰ ਬਸ ਹੁਣ ਆਪਾਂ ਐਡੀਟਿੰਗ ਕਰ ਦਈਏ ਵਲੌਗ, ਸੋਰੀ ਵੀਡੀਓ ਦੀ, ਇਵਨਿੰਗ ਟਾਈਮ ਜਿਹੜੀ 5 ਵਜੇ ਪੈਣੀ ਹੈ, ਤੇ ਫਿਰ ਮਾਰਕੀਟ ਜਾਏਗੇ ਤੇ ਆ ਕੇ ਫਿਰ ਆਪਾਂ ਕਰਾਂਗੇ ਕੰਮ, ਹਨਾ। ਠੀਕ ਹੈ ਜੀ, ਫਿਰ ਮਿਲਦੀ ਹਾਂ ਹੁਣ ਮੈਂ ਤੁਹਾਨੂੰ ਐਡੀਟਿੰਗ ਕਰਕੇ। ਲਓ ਜੀ ਮੈਂ ਬਾਜ਼ਾਰ ਜਾਈ, ਮੈਂ ਤੇ ਬੀਬੀ ਜਾਏ ਹਾਂ, ਦੁਪੱਟੇ ਵਗੈਰਾ ਫੜ ਲਿਆਈਆਂ, ਉਹ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਕਿਹੜੇ ਦੁਪੱਟੇ ਅਸੀਂ ਕਰਾ ਕੇ ਲੈ ਕੇ ਆਏ ਹਾਂ। ਪਹਿਲਾਂ ਆਪਾਂ ਥੋੜ੍ਹਾ ਜਿਹਾ ਕੰਮ ਕਰ ਲਈਏ, ਤੇ ਗੁੜ ਅਸੀਂ ਜਾਂਦੇ ਹੋਏ ਭਿਉਂਗੇ ਸੀਗੇ, ਇਹਦੇ ਵਿੱਚ ਅਸੀਂ ਗੁੜ ਭਿਉਂਤਾ ਹੋਇਆ। ਵੈਸੇ ਤਾਂ ਬਾਹਰ ਬਹੁਤ ਜ਼ਿਆਦਾ ਧੁੱਪ ਨਿਕਲੀ ਹੋਈ ਆ, ਅੱਜ ਕੋਈ ਪੂੜਿਆਂ ਵਾਲਾ ਦਿਨ ਨਹੀਂ ਹੈਗਾ, ਪਰ ਕਿਉਂਕਿ ਭੈਣ ਜੀ ਨੂੰ ਦੇਣੇ ਆ ਇਸ ਕਰਕੇ ਅਸੀਂ ਜ਼ਰੂਰ ਬਣਾਵਾਂਗੇ, ਤੇ ਕੱਲ੍ਹ ਨੂੰ ਮੈਂ ਸਵੇਰੇ ਜਾਂਦੀ ਜਾਂਦੀ ਉਹਨਾਂ ਨੂੰ ਫੜਾ ਦੂੰਗੀ, ਤੇ ਅੱਜ ਫੋਨ ਕਰ ਦੂੰਗੀ ਵੀ ਖੀਰ ਬਈ ਤੁਸੀਂ ਬਣਾ ਲਓ, ਤੁਹਾਡੇ ਘਰ ਦਾ ਦੁੱਧ ਆ, ਪੂੜੇ ਇਸ ਤੋਂ ਦੇਵਾਂਗੇ। ਤੇ ਹੁਣ ਮੈਂ ਆਟਾ ਗੁੰਨਦੀ ਹਾਂ, ਠੀਕ ਹੈ ਜੀ, ਪੂੜਿਆਂ ਵਾਲਾ। ਵਾਹਿਗੁਰੂ। ਜਦੋਂ ਨਾ ਜੀ ਮੀਂਹ ਪੈਂਦਾ, ਸੰਗਰੂਰ ਮੇਰੀ ਆਦਤ ਸੀ ਕਿਉਂਕਿ ਮੈਂ ਸ਼ੌਕੀਨ ਬਹੁਤ ਹਾਂ ਖੀਰ ਪੂੜਿਆਂ ਦੀ, ਮੈਨੂੰ ਤਾਂ ਇੱਕ ਬਹਾਨਾ ਜਿਹਾ ਹੀ ਚਾਹੀਦਾ ਹੁੰਦਾ ਵੀ ਜਿਵੇਂ ਮਾੜਾ ਜਿਹਾ ਮੀਂਹ ਪਿਆ, 4 ਕਣਕਾਂ ਆਈਆਂ, ਬਸ ਆਪਾਂ ਨਾਲ ਦੀ ਨਾਲ ਦੇਣਾ ਹੁੰਦਾ ਜੀ ਪੂੜੇ ਬਣਾਈਏ, ਕਿਉਂਕਿ ਪੂੜਿਆਂ ਦੇ ਕੋਈ ਬਾਹਲਾ ਟਾਈਮ ਲੱਗਦਾ ਨਹੀਂ ਹੈਗਾ। ਤੇ ਉੱਥੇ ਮੈਂ ਨਾ ਕਹਿਣਾ ਵੀ ਚੱਲ ਦੇਸ਼ ਦੇ ਪਾਪਾ ਨੂੰ ਮੈਂ ਹਨਾ ਪੂੜੇ ਬਣਾਵਾਂ, ਤੇ ਕਹਿੰਦੇ ਚੱਲ ਛੱਡ ਪਰੇ ਕਿੱਥੇ ਮੱਥਾ ਮਾਰੇਂਗੀ, ਹਨਾ। ਤੇ ਪਰ ਜਿਹੜੇ ਕੰਮ ਦਾ ਆਪਾਂ ਨੂੰ ਸ਼ੌਂਕ ਹੋਵੇ ਉਹਦਾ ਆਪਾਂ ਨੂੰ ਔਖਾ ਨਹੀਂ ਲੱਗਦਾ ਹੁੰਦਾ, ਉਹਦਾ ਐਂ ਨਹੀਂ ਲੱਗਦਾ ਹੁੰਦਾ ਵੀ ਕਿੱਥੇ ਮੱਥਾ ਮਾਰਾਂਗੇ, ਕਿਉਂਕਿ ਮੈਨੂੰ ਖਾਣ ਦਾ ਸ਼ੌਂਕ ਸੀਗਾ ਖੀਰ ਪੂੜੇ। ਮੈਂ ਕਹਿੰਦੀ ਚੱਲ ਐਂ ਨਾ ਕਿਹਾ ਕਰੋ ਤੁਸੀਂ ਮੱਥਾ ਮਾਰੇਂਗੇ, ਮੱਥੇ ਮੁੱਥੇ 'ਚ ਕੋਈ ਗੱਲ ਨਹੀਂ, ਮੈਂ ਤਾਂ ਹੁਣ ਬਣਾ ਦੇਣੀ ਆ। ਤੇ ਫਿਰ ਮੈਂ ਬਣਾ ਲੈਣੇ, ਅਸੀਂ 5-7 ਪੂੜੇ ਬਣਾ ਲੈਂਦੀ ਹੁੰਦੀ ਸੀਗੀ, ਮਿੰਟੋ ਮਿੰਟ ਹੀ ਇੱਕ ਪਾਸੇ ਖੀਰ ਬਣਾ ਲੈਂਦੀ ਤੇ ਫਿਰ ਖਾ ਲੈਂਦੇ ਸੀਗੇ। ਉਹ ਐਵੇਂ ਨਹੀਂ ਸੀਗਾ, ਬਾਹਲਾ ਜ਼ਿਆਦਾ ਸ਼ੌਂਕ ਨਹੀਂ ਸੀਗਾ ਖਾਣ ਦਾ ਉਹਨਾਂ ਨੂੰ, ਪਰ ਫਿਰ ਖਾ ਲੈਂਦੇ ਸੀ ਜਦੋਂ ਬਣਾ ਲੈਂਦੀ ਸੀ, ਐਵੇਂ ਨਹੀਂ ਕਹਿੰਦੇ ਸੀ ਵੀ ਨਾ ਬਣਾ, ਫਿਰ ਕਹਿੰਦੇ ਚੱਲ ਦੇਖ ਲਾ ਤੇਰੀ ਮਰਜ਼ੀ ਹੈ ਨਾ। ਤੇ ਉਹ ਫਿਰ ਜਦੋਂ ਮੈਨੂੰ ਨਾ ਕੋਈ ਵੀ ਕੰਮ ਕਰਦੀ ਫਿਰ ਮੈਨੂੰ ਗੱਲ ਗੱਲ 'ਤੇ ਨਾ ਉਹਨਾਂ ਦੀ ਗੱਲ ਫਿਰ ਵਿੱਚ ਆ ਜਾਂਦੀ ਹੈ ਜੀ, ਤੁਸੀਂ ਐਂ ਨਾ ਕਿਹੋ ਵੀ ਫਿਰ ਤੂੰ ਉਹੀ ਗੱਲ ਕਰਦੀ ਆ, ਹੈ ਨਹੀਂ ਬਾਹਲਾ ਨਹੀਂ ਹੈ, ਸਹੀ ਰਹੂਗਾ। ਲਓ ਜੀ ਆਟਾ ਆਪਣਾ ਬਣ ਗਿਆ, ਐਨ ਵਧੀਆ ਲੇਸਲਾ ਪਤਲਾ ਪਤਲਾ, ਤੇ ਹੁਣ ਆਪਾਂ ਇਹਨੂੰ ਥੋੜ੍ਹੀ ਦੇਰ ਢੱਕ ਕੇ ਰੱਖ ਦਿੰਦੇ ਹਾਂ।
ਸਹੀ ਹੋ ਜਾਊਗਾ, 15-20 ਮਿੰਟ ਰੱਖ ਦਿੰਨੇ ਆ ਤੇ ਹੁਣ ਮੈਂ ਦੇਖਦੀ ਆ, ਦਿਖਾਉਣੀ ਆ ਤੁਹਾਨੂੰ ਜਿਹੜੇ ਅਸੀਂ ਦੁਪੱਟੇ ਲੈ ਕੇ ਆਈਆਂ, ਜਿਹੜੇ ਟਾਈ ਐਂਡ ਡਾਈ ਦੇ ਕਰਾ ਕੇ ਲੈ ਕੇ ਆਈਆਂ, ਉਹ ਆਪਾਂ ਤੁਹਾਨੂੰ ਦੁਪੱਟੇ ਦਿਖਾਉਣੇ ਆ ਤੇ ਫਿਰ ਆਪਾਂ ਪੂੜੇ ਬਣਾਉਣ ਲੱਗਦੇ ਆ। ਲਓ ਜੀ ਆਪਾਂ ਆਟਾ ਤਾਂ ਗੁੰਨਿਆ ਹੁੰਦਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੇ ਦੁਪੱਟੇ ਡਾਈ ਕਰਾ ਕੇ ਆਉਂਦੇ ਸੀ। ਆਟਾ ਮਤਲਬ ਗੁੰਨਿਆ ਨਹੀਂ ਹੁੰਦਾ, ਘੋਲਿਆ ਹੁੰਦਾ ਹਨਾ ਪੂੜਿਆਂ ਦਾ ਆਟਾ, ਤੇ ਕੁਛ ਟਾਈਮ ਆਪਾਂ ਉਹਨੂੰ ਰੈਸਟ ਤੇ ਰੱਖਿਆ ਤੇ ਹੁਣ ਆਪਾਂ ਤੁਹਾਨੂੰ ਦੁਪੱਟੇ ਦਿਖਾਉਣੇ ਆ ਜਿਹੜੇ ਮੈਂ ਡਾਈ ਕਰਾ ਕੇ ਲੈ ਕੇ ਆਈ ਹਾਂ। ਇੱਕ ਤਾਂ ਹੈਗਾ ਸੀ ਜੀ ਆਪਣਾ ਰਾਮਟੈਕਸ ਦਾ ਸੂਟ, ਇਹ ਆਪਾਂ ਪਿੱਛੇ ਜੇ ਵੀਡੀਓ ਪਾਈ ਸੀ ਡਿਸਕਾਊਂਟ ਦੇ ਸੂਟਾਂ ਦੀ, ਤੇ ਇਹਦੇ ਨਾਲ ਆਪਾਂ ਇਹ ਵਾਲਾ ਦੁਪੱਟਾ ਡਾਈ ਕਰਾਇਆ। 4 ਸਾਈਡ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ, ਲਹਿਰੀਆ ਜਿਹਾ ਪਾਇਆ ਹੋਇਆ, ਵਿਚਕਾਰੋਂ ਇਹ ਰੱਖਿਆ ਹੋਇਆ ਪਲੇਨ। ਹਲੋ ਕਾਫੀ ਸੋਹਣਾ ਲੱਗਦਾ ਇਹ ਸੂਟ ਤੇ ਦੁਪੱਟਾ ਵੀ ਬਹੁਤ ਸੋਹਣਾ ਡਾਈ ਹੋਇਆ। ਤੇ ਇਹ ਹੈਗਾ ਜੀ ਜੋਰਜਟ ਦਾ ਦੁਪੱਟਾ, ਮੈਂ ਹਮੇਸ਼ਾ ਭੈਣਾਂ ਨੂੰ ਜਾਂ ਤਾਂ ਜੋਰਜਟ ਦਾ ਦੁਪੱਟਾ ਜਿਹੜਾ ਸੁਜੈਸਟ ਕਰਦੀ ਹਾਂ ਜਾਂ ਫਿਰ ਕੋਟੇ ਦਾ ਦੁਪੱਟਾ, ਕਿਉਂਕਿ ਜਿਹੜਾ ਹਾਫ ਪਿਓਰ ਦੇ ਕਈ ਭੈਣਾਂ ਕਹਿ ਦਿੰਦੀਆਂ ਨੇ ਵੀ ਹਾਫ ਪਿਓਰ ਦਾ ਦੁਪੱਟਾ ਕਰ ਦਿਓ ਜੀ, ਤੇ ਵੀ ਉਹ ਸਸਤਾ ਜ਼ਰੂਰ ਪੈ ਜਾਂਦਾ ਹੈ ਨਾ, ਪਰ ਉਹ ਨਾ ਜੀ ਜਦੋਂ ਗਲ 'ਚ ਪਾਓ ਜਾਂ ਸਿਰ 'ਤੇ ਲਓ ਨਾ ਪੂਣੀ ਬਣ ਜਾਂਦਾ, ਜਮੀ ਬਲਾਂ ਨਾਲ ਭਰ ਜਾਂਦਾ। ਫਿਰ ਦੁਬਾਰਾ ਜੇ ਤੁਸੀਂ ਲੈਣਾ ਹੁੰਦਾ ਉਹ ਜਾਂ ਤਾਂ ਪ੍ਰੈਸ ਕਰੋ ਜਾਂ ਉਹਨੂੰ ਗਿੱਲਾ ਕਰਕੇ ਸੁਕਾਓ ਹਨਾ, ਪਰ ਇਹ ਵਾਲਾ ਹੈਗਾ ਜਿਹੜਾ ਇਹ ਇੱਦਾਂ ਹੀ ਰਹਿੰਦਾ, ਮਤਲਬ ਕਿ ਇਹ 'ਚ ਵੱਟ ਜੇ ਨਹੀਂ ਪੈਂਦੇ, ਉਵੇਂ ਪੂਣੀ ਜੀ ਨਹੀਂ ਬਣਦਾ ਹੈਗਾ ਇਹ, ਤਾਂ ਕਰਕੇ ਮੈਨੂੰ ਇਹ ਦੁਪੱਟੇ ਬਹੁਤ ਵਧੀਆ ਲੱਗਦੇ ਨੇ। ਤੇ ਇਹ ਦੁਪੱਟੇ ਨਾ ਪਤਲੇ ਪਤਲੇ ਹੁੰਦੇ ਨੇ, ਬਹੁਤ ਸੋਹਣੇ ਲੱਗਦੇ ਨੇ, ਜਿੰਨਾ ਦੁਪੱਟਾ ਪਤਲਾ ਪਤਲਾ ਹੋਊਗਾ ਉਨਾ ਹੀ ਜ਼ਿਆਦਾ ਵਧੀਆ ਲੱਗੂਗਾ, ਤੇ ਕਾਫੀ ਵਧੀਆ ਲੱਗਦਾ ਇਹ ਦੁਪੱਟਾ। ਇੱਕ ਤਾਂ ਇਹ ਡਾਈ ਕਰਾਇਆ ਸੀ ਤੇ ਇੱਕ ਸੀਗਾ ਇਹ ਆਪਾਂ ਕੱਲ ਪਰਸੋਂ ਹੀ ਵੀਡੀਓ ਪਾਈ ਸੀਗੀ, ਤੇ ਉਹਦੇ 'ਚ ਆਪਾਂ ਇਹ ਸੂਟ ਦਿਖਾਏ ਸੀਗੇ, ਆਰੀ ਵਰਕ ਦੇ ਸੀਗੇ ਕੋਟਨ ਦੇ ਸੂਟ। ਆ ਦੇਖੋ ਆਰੀ ਵਰਕ ਦਿਖ ਰਿਹਾ ਹੋਣਾ ਤੁਹਾਨੂੰ, ਸਾਰੇ ਸ਼ਰਟ ਦੇ ਵਿੱਚ ਆਰੀ ਵਰਕ ਹੈ, ਤੇ ਇਹਦੇ ਨਾਲ ਇਹ ਨੈਗੇਟਿਵ ਪ੍ਰਿੰਟ ਦੀ ਕਾਫੀ ਸੋਹਣੀ ਸਲਵਾਰ ਸੀਗੀ, ਤੇ ਇਹਦੇ 'ਚ ਆਪਣੇ ਕੋਲ ਇੱਕ ਕਲਰ ਬਚਿਆ ਹੋਇਆ ਬਸ। ਤੇ ਇਹ ਆਪਾਂ ਇਹ ਵੀ ਭੈਣ ਨੇ ਕਿਹਾ ਸੀ ਵੀ ਮੈਨੂੰ ਦੁਪੱਟਾ ਡਾਈ ਕਰਾ ਦਿਓ, ਇਹਦੇ ਨਾਲ ਦੇਖੋ ਜੀ ਤੁਹਾਨੂੰ ਕਿੰਨੇ ਮਿੱਠੇ ਮਿੱਠੇ ਰੰਗ, ਬੜੇ ਸੋਹਣੇ ਸੋਹਣੇ ਡਾਇਰ ਨੇ ਕਲਰ ਪਾਏ ਆ। ਹਾਂ ਦੇਖੋ ਬੜੇ ਹੀ ਸੋਹਣਾ ਜਿਹਾ ਲੱਗਦਾ, ਲਹਿਰੀਆ ਜਿਹਾ, ਤੇ ਹਲਕਾ ਹਲਕੇ 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 ਕਲਰ ਪਾਏ ਹੋਏ ਨੇ, ਜਿਹੜੇ ਇਹਦੇ ਨਾਲ ਜਿਵੇਂ ਦੁਪੱਟਾ ਆ ਸ਼ਰਟ ਐ ਨਹੀਂ ਹੈਗੀ ਸਲਵਾਰ, ਉਹਦੇ ਨਾਲ ਪੂਰੀ ਐਨ ਮੈਚਿੰਗ ਹੈ, ਜਿਵੇਂ ਉਹ ਨੈਗੇਟਿਵ ਪ੍ਰਿੰਟ ਦੀ ਆ ਉਸ ਤਰ੍ਹਾਂ ਦਾ ਹੀ ਇਹਦੇ ਵਿੱਚ ਕਲਰ ਆ ਜਿਹੜੇ ਉਹ ਡਾਇਰ ਨੇ ਪਾਏ ਨੇ, ਬਹੁਤ ਸੋਹਣੇ ਲੱਗਦੇ ਨੇ ਇਹ। ਤੇ ਲਓ ਜੀ ਇਹ ਦੁਪੱਟੇ ਸੀਗੇ ਆਪਾਂ ਡਾਈ ਕਰਾ ਕੇ ਲੈ ਕੇ ਆਏ, ਤੇ ਵਿੱਚ ਵਿੱਚ ਕੁਛ ਕੁ ਭੈਣਾਂ ਦੇ ਆਪਾਂ ਨੂੰ ਫੋਨ ਕਾਲਸ ਆ ਗਏ, ਤੇ ਉਹ ਵਿਚਾਰੀਆਂ ਆਪਣੇ ਦੁੱਖ ਸੁੱਖ ਕਰਦੀਆਂ ਰਹਿੰਦੀਆਂ ਨੇ, ਤੇ ਬਸ ਉਹ ਸੁਣਦੀ ਰਹੀ, ਕੱਪੜਿਆਂ ਵਾਲੀਆਂ ਵੀਡੀਓ ਕੱਪੜਿਆਂ ਵਾਲੀ ਵੀਡੀਓ ਆਪਣੀ ਪੈ ਗਈ, ਫਿਰ ਆਰਡਰ ਲੈਂਦੀ ਰਹੀ ਹੈ ਨਾ, ਤੇ ਬਸ ਇਸ ਤਰ੍ਹਾਂ ਹੀ ਮੇਰਾ ਜਿਹੜਾ ਸਿਸਟਮ ਆ ਉਹ ਚੱਲਦਾ ਰਹਿੰਦਾ ਲਗਾਤਾਰ। ਆਪਾਂ ਪੂਰੇ ਆਪਣੇ ਆਪ ਨੂੰ ਐਨ ਬਿਜ਼ੀ ਕਰਕੇ ਰੱਖੀਦਾ, ਠੀਕ ਹੈ ਜੀ, ਤਾਂ ਬਿਜ਼ੀ ਕਰਕੇ ਰੱਖਾਂਗੇ ਤਾਂ ਥੋੜ੍ਹੇ ਸੌਖੇ ਰਹਾਂਗੇ, ਹੈ ਨਾ। ਲਓ ਜੀ ਪੂੜੇ ਬਣਾਉਣੇ ਸ਼ੁਰੂ ਕਰਤੇ ਆਪਾਂ, ਪਰ ਪੂੜੇ ਖਾਸੇ ਬਣਾਉਣੇ ਆ ਇਸ ਲਈ ਐਡੀ ਛੇਤੀ ਬਣਨੇ ਨਹੀਂ ਹੈਗੇ, ਇਹਨਾਂ ਨੂੰ ਲੱਗ ਜੂਗਾ ਟਾਈਮ, ਅਤੇ ਅੱਜ ਤਾਂ ਆਪਾਂ ਪੂਰੇ ਬਣਾ ਨਹੀਂ ਸਕਦੇ, ਭੈਣ ਜੀ ਨੂੰ ਦੇ ਨਹੀਂ ਸਕਦੇ, ਅਤੇ ਇਹ ਤਾਂ ਅਗਲੇ ਵਲੋਗ 'ਚ ਹੀ ਬਣਨਗੇ ਹੁਣ ਜਾ ਕੇ, ਨਹੀਂ ਤਾਂ ਵਲੋਗ ਬਹੁਤ ਜ਼ਿਆਦਾ ਲੰਬਾ ਹੋ ਜੂਗਾ, ਅਤੇ ਹੁਣ ਆਪਾਂ ਇੱਥੇ ਵਲੋਗ ਨੂੰ ਕਰਾਂਗੇ ਖਤਮ, ਅਤੇ ਪੂੜੇ ਕੱਲ੍ਹ ਤੱਕ ਬਣ ਜਾਣਗੇ ਆਪਣੇ, ਫਿਰ ਆਪਾਂ ਭੈਣ ਜੀ ਨੂੰ ਦੇ ਕੇ ਆਵਾਂਗੇ, ਤੁਸੀਂ ਜੁੜੇ ਰਹੋ ਵਲੋਗ ਦੇ ਨਾਲ।